ਅਗਰ ਤੁਸੀਂ ਕੋਈ ਦੁਕਾਨ ਜਾਂ ਘਰ ਵੇਚਣਾ ਜਾਂ ਖਰੀਦਣਾ ਹੋਵੇ ਕਿਰਾਏ ਤੇ ਲੈਣਾ ਜਾਂ ਦੇਣਾ ਹੋਵੇ ਤਾਂ ਹੋਮ ਸੀਕਰਸ ਤੇ ਆਓ ਆਲਸੋ ਐਟ ਹੋਮ ਸੀਕਰਸ ਵੀ ਹੈਵ ਇਨ ਹਾਊਸ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਈਪੀਸੀ ਐਂਡ ਫੁੱਲ ਮੇਨਟੇਨੈਂਸ ਸਰਵਿਸ ਅਸੀਂ ਰੈਂਟ ਗਰੰਟੀ ਵੀ ਕਰਦੇ ਹਾਂ ਕਮ ਐਂਡ ਮੀਟ ਰੰਦਾਵਾ ਬ੍ਰਦਰਸ ਐਂਡ ਅ ਵੈਰੀ ਐਕਸਪੀਰੀਐਂਸ ਟੀਮ ਐਟ ਹੋਮ ਸੀਕਰਸ ਨੰਬਰ 6 ਸਾਸੈਕਸ ਰੋਡ ਸਾਊਥ ਹਾਲ ਮਿਡਲ ਸੈਕਸ ਕਾਲ 0208 574-0012 or visit our website. For all your property needs, come to Home Seekers. We'll take care of it. ਕਲਾ ਦਾ ਸਫਰ ਇੱਕ ਐਹੋ ਜਿਹਾ ਸਫਰ ਹੈ ਜਿਸ ਵਿੱਚ ਹਰ ਕਦਮ ਇੱਕ ਨਵੀਂ ਕਲਪਨਾ ਜਨਮ ਲੈਂਦੀ ਹੈ ਪਰ ਉਸ ਕਲਪਨਾ ਨੂੰ ਪਰਵਾਹ ਨਾ ਚੜਾਉਂਦੇ ਆਂ ਹਰ ਇੱਕ ਕਦਮ ਤੇ ਇੱਕ ਨਵਾਂ ਸੰਘਰਸ਼ ਵੀ ਦਰਪੇਸ਼ ਰਹਿੰਦਾ ਹੈ ਕਲਾਕਾਰੀ ਦੇ ਇਸ ਮਾਰਗ ਤੇ ਚੱਲਦੇ ਆਂ ਮੈਂ ਵੀ ਆਪਣੀ ਕਲਪਨਾਵਾਂ ਨੂੰ ਹਕੀਕਤ ਦਾ ਰੂਪ ਦਾਰ ਦੇਖਿਆ ਹੈ ਮੈਂ ਵੀ ਸੰਘਰਸ਼ ਦੇ ਸਤਰੀਆਚ ਡੁੱਬ ਕੇ ਹੀ ਕਿਨਾਰੇ ਦਾ ਅਨੁਭਵ ਕੀਤਾ ਹੈ ਤੇ ਉਹ ਕਲਾਕਾਰ ਜਿਨ੍ਹਾਂ ਨੇ ਆਪਣੀ ਕਲਾ ਦੇ ਇਸ਼ਕ ਨੂੰ ਆਪਣਾ ਆਪ ਅਰਪਣ ਕਰ ਰੱਖਿਆ ਹੈ ਉਹਨਾਂ ਦੇ ਸੰਘਰਸ਼ ਦਾ ਮਾਣ ਰੱਖਦਾ ਹੋਇਆ ਆਖਦਾ ਹਾਂ ਜੀ ਆਇਆਂ ਨੂੰ ਜੀਆ ਨੂੰ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ ਜੀਆ ਨੂੰ ਕਹਿੰਦਾ ਹਾਂ ਇਸ ਪ੍ਰੋਗਰਾਮ ਵਿੱਚ ਅਸੀਂ ਉਹਨਾਂ ਹੀ ਕਲਾਕਾਰਾਂ ਨੂੰ ਸ਼ਾਮਲ ਕਰਦੇ ਹਾਂ ਜਿਨ੍ਹਾਂ ਕਲਾਕਾਰਾਂ ਨੇ ਆਪਣੀ ਕਲਾ ਦੇ ਖੇਤਰ ਚ ਪੂਰਾ ਸੰਘਰਸ਼ ਕਰਕੇ ਆਪਣਾ ਮੁਕਾਮ ਬਣਾਇਆ ਹੈ ਤੇ ਉਹਨਾਂ ਕਲਾਕਾਰਾਂ ਵਿੱਚੋਂ ਇੱਕੋ ਇੱਕ ਕਲਾਕਾਰ ਨੇ ਪੰਮੀ ਬਾਈ ਇਹਨਾਂ ਇਹ ਜਾਣ ਪਹਿਚਾਨ ਦੇ ਮਹਤਾਜ ਨਹੀਂ ਜਿਨ੍ਹਾਂ ਦਾ ਨਾਮ ਤੁਸੀਂ ਜਾਣਦੇ ਹੋ ਤੇ ਸਭ ਤੋਂ ਪਹਿਲਾਂ ਪੰਮੀ ਬਾਈ ਜੀ ਤੁਹਾਨੂੰ ਜੀਆ ਆਇਆਂ ਕਹਿੰਦਾ ਹਾਂ ਜੀਆ ਆਇਆਂ ਦੇ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਜੀ ਜੀਆ ਆਇਆਂ ਛੋੜੀ ਸਾਹਿਬ ਤੁਹਾਡਾ ਜੀਆ ਆਇਆਂ ਸਵਾਗਤ ਦੇਸ ਅੱਜ ਦੇ ਇਸ ਪ੍ਰੋਗਰਾਮ ਨੂੰ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਨੂੰ ਪੰਮੀ ਬਾਈਬਲੋਂ ਮੋਹਪਰੀ ਸਤਿ ਸ੍ਰੀ ਅਕਾਲ ਅਦਾਬ ਤੇ ਨਮਸਕਾਰ ਭਾਈ ਜੀ ਇਹ ਪੁੱਛਾਂਗਾ ਕਿ ਥੋੜੀ ਜਿਹੜੀ ਅੱਜ ਦੀ ਬਾਹਰ ਦੀ ਫੇਰੀ ਆ ਤੇ ਇਹ ਕੀ ਚੱਕਰ ਲੱਗਾ ਤੁਹਾਡਾ ਕਿਵੇਂ ਲੱਗਾ ਮੈਨੂੰ ਥੋੜਾ ਜਿਹਾ ਕੈਨੇਡਾ ਦੀ ਧਰਤੀ ਟੋਰਾਂਟੋ ਵਿਖੇ ਪਾਕਿਸਤਾਨੀਆਂ ਨੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ ਮਤਲਬ ਕਿ ਪਿਛਲੇ ਮਹੀਨੇ 18 ਤਰੀਕ ਨੂੰ ਨਾਗਰਾ ਫਾਲ ਦੇ ਉੱਪਰ ਤੇ ਉਹਨਾਂ ਨੇ ਇਨਵਾਈਟ ਕੀਤਾ ਸੀ ਵੀ ਤੁਸੀਂ ਆਓ ਸਾਡੇ ਪ੍ਰੋਗਰਾਮ 'ਚ ਸ਼ਿਰਕਤ ਕਰੋ ਤੇ ਮੈਂ ਗਿਆ ਤਾਂ ਉਸ ਲਈ ਸੀ ਉੱਥੇ ਜਾ ਕੇ ਫਿਰ ਇੱਕ ਗਾਣੇ ਦੀ ਸ਼ੂਟਿੰਗ ਦਾ ਸਵਾਬ ਬਣ ਗਿਆ ਰਵਿੰਦਰ ਰੰਗੂਆਲ ਹੋਣੀ ਉੱਥੇ ਕੋਈ ਵਰਕਸ਼ਾਪ ਕਰਨ ਗਏ ਸੀ ਬਿਨੀਪੈਕ ਤੇ ਉਹ ਆ ਗਏ ਤੇ ਇਹਦਾ ਮেইন ਟਾਈਮ ਜਦੋਂ ਮੈਂ ਵਾਪਸ ਭੱਜਣ ਲੱਗਿਆ ਤੇ ਭਾਜੀ ਚਿੰਦਾ ਸਾਹਿਬ ਨੇ ਇੱਕ ਹੁਕਮ ਲਾ ਦਿੱਤਾ ਕਿ ਉੱਥੇ ਜੀ ਕਿਰਤੀਆਂ ਦਾ ਮੇਲਾ ਹੋਣਾ ਹੈ 2 ਤਰੀਕ ਨੂੰ ਉਹਦੇ 'ਚ ਤੁਸੀਂ ਮੇਰੇ ਵੱਲੋਂ ਮੇਰੀ ਥਾਂ ਦੇ ਉੱਤੇ ਹਾਜ਼ਰੀ ਲਵਾਉਣੀ ਹੈ ਤੇ ਮੈਂ ਕਿਉਂ ਵੀ ਸਰਮਤੇ ਫਿਰ ਇੱਕ ਪੰਜਾਬ ਡੇ ਸੀ ਉੱਥੇ ਮੁੰਡਿਆਂ ਨੇ ਰਲ ਕੇ ਮਨਾਇਆ ਬਹੁਤ ਕਾਫੀ ਅੱਛੀ ਆਡੀਅੰਸ ਸੀ ਤੇ ਉਸ ਪੰਜਾਬ ਡੇ 'ਚ ਵੀ ਇੱਕ ਦੋ ਗਾਣੇ ਗਾ ਕੇ ਆਇਆ ਤੇ ਬਸ ਇੰਨਾ ਕੰਮ ਤੇ ਇੱਥੇ ਇਹ ਸੀ ਵੀ ਤੁਹਾਡੇ ਵਰਗੇ ਮਿੱਤਰਾਂ ਨੂੰ ਮਿਲ ਜੂ ਇੱਕ ਦਿਨ ਰੁਕਣਾ ਕੱਲ ਨੂੰ ਵਾਪਸ ਜਾਣਾ ਠੀਕ ਹੈ ਜੀ ਤੇ ਇੱਕ ਪਪਸੀ ਨਾਲ ਉਹਨੇ ਵਿਚਾਰਨ ਮੇ ਤੋਂ ਵੋਕਲਸ ਲੈਤੀਆਂ ਸੀ ਕੁਝ ਉਹਦੇ ਨਾਲ ਡਿਸਕਸ਼ਨ ਕਰਨੀ ਸੀ ਬਹੁਤ ਵਧੀਆ ਗੱਲ ਹੈ ਬਾਈ ਜੀ ਇਹ ਤੁਹਾਨੂੰ ਇਹ ਜਰੂਰ ਪੁੱਛਾਂਗਾ ਕਿ ਤੁਸੀਂ ਲੰਬੇ ਅਰਸੇ ਤੋਂ ਆਪਣੇ ਜਿੱਦੋ ਜਹਿਦ ਦੇ ਵਿੱਚ ਆਪਣੇ ਗੀਤ ਸੰਗੀਤ ਦੇ ਨਾਲ ਪਿਆਰ ਕਰਦੇ ਹੋ ਕਲਚਰ ਨੂੰ ਪਿਆਰ ਕਰਦੇ ਹੋ ਤੇ ਜੇ ਤੁਸੀਂ ਦੱਸੋ ਕਿ ਜਿਹੜਾ ਯੂਥ ਆ ਉਹਨਾਂ ਨੂੰ ਤੁਹਾਡੇ ਤੋਂ ਕੀ ਸਿੱਖਣ ਦਾ ਮੌਕਾ ਮਿਲਦਾ ਹੈ ਦੇਖੋ ਸਿੱਖਣ ਦੇ ਪਤਨ ਨਹੀਂ ਸਿੱਖਦੇ ਨੇ ਜਾਂ ਨਹੀਂ ਸਿੱਖਦੇ ਆਈ ਡੋਟ ਨੋ ਪਰ ਮੈਂ ਅੱਜ ਦੇ ਇਸ ਮਾਡਰਨ ਯੁੱਗ ਦੇ ਵਿੱਚ ਜਿੱਥੇ ਟੋਟਲ ਮਾਡਰਨਾਈਜੇਸ਼ਨ ਹੋ ਗਈ ਹੈ ਤੇ ਸਾਡਾ ਜੰਕਸ ਜਿਹੜਾ ਹੈਗਾ ਸਪੈਸ਼ਲੀ ਇਨ ਇੰਡੀਆ ਉਹ ਮਾਡਰਨ ਚੀਜ਼ਾਂ ਵੱਲ ਭਜਦਾ ਹੈ ਮਾਡਰਨ ਸੰਗੀਤ ਵੱਲ ਭਜਦਾ ਹੈ ਤੇ ਜਿੱਥੇ ਰੈਪ ਵਗੈਰਾ ਹੁੰਦਾ ਉਧਰ ਨੂੰ ਭਜਦਾ ਜਿੱਥੇ ਥੋੜੀ ਜਿਹੀ ਘੱਟ ਕੱਪੜੇ ਪਾ ਕੇ ਮਾਡਲਸ ਕੁੜੀਆਂ ਹੁੰਦੀਆਂ ਨੇ ਉਧਰ ਜ਼ਿਆਦਾ ਇੰਟਰੈਕਟ ਹੁੰਦਾ ਸੋ ਮੈਂ ਸਿਮਟੈਂਸਲੀ ਉਸੇ ਦੌਰ ਦੇ ਵਿੱਚ ਮੈਂ ਆਪਦੇ ਫੋਕ ਟ੍ਰੈਡੀਸ਼ਨ ਫੋਕ ਕਲਚਰ ਨੂੰ ਜਿਉਂਦਾ ਰੱਖਣਾ ਚਾਹੁੰਦਾ ਤੇ ਕਿਉਂਕਿ ਕਾਰਨ ਕੀ ਹੈ ਦੇਖੋ ਮੈਂ ਕਿਸੇ ਨੂੰ ਕੰਡੈਮ ਨਹੀਂ ਕਰਦਾ ਵੀ ਕੋਈ ਕਿਉਂ ਕਰਦਾ ਉਹਨਾਂ ਦੀ ਮਰਜ਼ੀ ਹੈ ਪਰ ਮੇਰੀ ਮੇਰੇ ਜਿਹੜੀ ਮੇਰੀ ਆਪਦੀ ਸੋਚ ਮੇਰੀ ਆਪਦੀ ਵਿਚਾਰਧਾਰਾ ਉਹ ਹੀ ਹੈਗੀ ਹੈ ਕਿ ਜੇ ਤੁਸੀਂ ਉਸ ਚੀਜ਼ ਦੇ ਮੁਕਾਬਲੇ 'ਚ ਇੱਕ ਲੰਮੀ ਲੈਣ ਖਿੱਚੋਗੇ ਤਾਂ ਡੈਫੀਨੇਟਲੀ ਤੁਹਾਨੂੰ ਵੀ ਦੇਖਣਗੇ ਤੇ ਮੇਰੇ ਵੀ ਵੀਵਰਸ ਮੇਰੇ ਵੀ ਦਰਸ਼ਕ ਨੇ ਮੇਰੀਆਂ ਵੀ ਟੇਪਾਂ ਡੀਕਦੇ ਨੇ ਮੈਨੂੰ ਵੀ ਹਰ ਦਰਸ਼ਕ ਇਹ ਕਹਿੰਦਾ ਤੁਸੀਂ ਫਿਲਮ ਕਿਉਂ ਨਹੀਂ ਬਣਾਉਂਦੇ ਕਿਉਂਕਿ ਅੱਜ ਹਰ ਪੰਜਾਬ ਦਾ ਗਾਇਕ ਫਿਲਮ ਬਣਾ ਰਿਹਾ ਤੇ ਮੈਂ ਕਹਿੰਦਾ ਜੀ ਮੈਂ ਬਣਾਉਂਗਾ ਫਿਲਮ ਮੇਰੇ ਲਈ ਕੋਈ ਪ੍ਰੋਬਲਮ ਨਹੀਂ ਕਿਉਂਕਿ ਮੈਂ ਕਾਲਜ ਲਾਈਫ ਦੇ ਵਿੱਚ ਥੀਏਟਰ ਕੀਤਾ ਤੇ ਮੈਂ ਇਸ ਕਰਕੇ ਫਿਲਮ ਬਣਾਉਂਗਾ ਫਿਲਮ ਬਣਾਉਂਗਾ ਮੈਂ ਉਹ ਹੀ ਜਿਹੜੀ ਪੰਜਾਬ ਪੰਜਾਬੀਅਤ ਤੇ ਪੰਜਾਬੀ ਕਲਚਰ ਨਾਲ ਜੁੜੀ ਹੋਊਗੀ ਮੈਂ ਹਾਸੀ ਠੱਠੇ ਵਾਲੀ ਫਿਲਮ ਨਹੀਂ ਬਣਾਉਣੀ। ভাই ਇੱਥੇ ਹੁਣ ਫਿਲਮਾਂ ਦੀ ਗੱਲ ਤੁਸੀਂ ਆਪੇ ਹੀ ਕਰ ਦਿੱਤੀ ਔਰ ਮੈਂ ਕਰਨੀ ਚਾਹੁੰਦਾ ਵੀ ਅਸੀਂ ਤੁਹਾਡੇ ਨਾਲ ਕਿ ਕੀ ਕਰਨਿਆ ਹੁਣ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਆਈਆਂ ਔਰ ਅੱਛਾ ਮੂਡ ਵੀ ਆਇਆ ਫਿਲਮਾਂ ਦੇ ਵਿੱਚ। ਤੇ ਕੀ ਕਰਨਿਆ ਕਿ ਤੁਸੀਂ ਇੰਨਾ ਚਿਰ ਕਿਉਂ ਮਤਲਬ ਵੇਟ ਕਰ ਰਹੇ ਹੋ ਕਿ ਜਾਂ ਬਤੌਰ ਹੀਰੋ ਹੀ ਆਉਣਾ ਚਾਹੁੰਦੇ ਹੋ ਕਿ ਹਾਂ ਕੋਈ ਕੋਈ ਹੀਰੋ ਨਹੀਂ ਕੋਈ ਹੀਰੋ ਨਹੀਂ। ਦੇਖੋ ਥੋੜੀ ਸਾ ਜੇ ਤੁਸੀਂ ਕੋਈ ਵਧੀਆ ਕੰਮ ਕਰਨਾ ਹੈ ਨਾ ਹੂੰ ਉਹਦੇ ਲਈ ਤੁਹਾਨੂੰ ਪੇਸ਼ੈਂਸ ਰੱਖਣੀ ਬਹੁਤ ਜ਼ਰੂਰੀ ਹੈ। ਪੇਸ਼ੈਂਸ ਰੱਖੋਗੇ ਤਾਂ ਹੀ ਤੁਹਾਨੂੰ ਵਧੀਆ ਸਟੋਰੀ ਮਿਲੂਗੀ। ਉਸ ਸਟੋਰੀ ਦਾ ਵਧੀਆ ਸਕ੍ਰੀਨਪਲੇ ਹੋਊਗਾ ਵਧੀਆ ਗਾਣੇ ਲਿਖੇ ਜਾਣਗੇ ਵਧੀਆ ਐਕਟਰ ਲੱਤੇ ਜਾਣਗੇ ਮੇਰੀ ਹੁਣ ਤੱਕ ਇਹੀ ਖੁਆਇਸ਼ ਰਹੀ ਹੈ ਕਿ ਮੈਂ ਆਪਦੇ ਨਵੇਂ ਆਰਟਿਸਟ ਜਿਨ੍ਹਾਂ ਚ ਬੇਸ਼ਮਾਰ ਟੈਲੈਂਟ ਹੈ ਜਿਨ੍ਹਾਂ ਨੂੰ ਕੋਈ ਲੈ ਕੇ ਨਹੀਂ ਆ ਰਿਹਾ ਉਹਨਾਂ ਨੂੰ ਮੌਕਾ ਦੇਵਾਂ ਜਦੋਂ ਮੈਂ ਨੱਚਦੀ ਜਵਾਨੀ ਬਣਾਈ ਸੀ ਉਹਦੇ ਚ ਵੀ ਅਸੀਂ ਪੂਰੇ ਪੰਜਾਬ ਚੋਂ ਫਾਈਂਡ ਆਊਟ ਕੀਤਾ ਟੈਲੈਂਟ ਤੇ ਮੁੰਡਿਆਂ ਨੂੰ ਮੌਕਾ ਦਿੱਤਾ ਉਹ ਮੁੰਡੇ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੱਕ ਗਏ ਪਰਫਾਰਮੈਂਸਿਸ ਕੀਤੀਆਂ ਉਹਨਾਂ ਚ ਬੜੇ ਨਾਮੀ ਨੌਮ ਵੀ ਨੇ ਦੇ ਕੁਝ ਮੇਰੇ ਸ਼ਿਗਰ ਦੇ ਵਿਦੇਸ਼ਾਂਈ ਤਰ ਜਿਹਨੇ ਇੱਥੇ ਵੀ ਜਸ਼ਵਿੰਦਰ ਜਗੀ ਹੋਣੀ ਉਹ ਇੱਥੇ ਨੇ ਕੈਨੇਡਾ ਦੇ ਵਿੱਚ ਨੇ ਅਮਰੀਕਾ ਦੇ ਵਿੱਚ ਨੇ ਹੋਰ ਆਸਟ੍ਰੇਲੀਆ ਦੇ ਵਿੱਚ ਨੇ ਨਿਊਜ਼ੀਲੈਂਡ ਦੇ ਵਿੱਚ ਨੇ ਬਾਕੀ ਕਾਫੀ ਮੁੰਡੇ ਉੱਥੇ ਇੰਡੀਆ ਦੇ ਵਿੱਚ ਨੇ ਤੇ ਵਿੰਦਰਖੀਆ ਵੀ ਉਸ ਨਜ਼ਦੀ ਜਵਾਨੀ ਦਾ ਮੈਂਬਰ ਸੀ ਜੱਸੀ ਵੀ ਉਸ ਨਜ਼ਦੀ ਜਵਾਨੀ ਦਾ ਮੈਂਬਰ ਸੀ ਸੋ ਤੁਸੀਂ ਵੀ ਉਸ ਨਜ਼ਦੀ ਜਵਾਨੀ ਦੇ ਮੈਂਬਰ ਹੋ ਬਿਲਕੁਲ ਬਿਲਕੁਲ ਸੋ ਇਸ ਕਰਕੇ ਕਾਰਨ ਇਹ ਹੈਗਾ ਵੀ ਮੇਰਾ ਜਿਹੜਾ ਸੋਚ ਹੈ ਉਹ ਹੈਗੀ ਵੀ ਸਹਿਜ ਪੱਕੇ ਸੋ ਮਿੱਠਾ ਹੋਏ ਦੇਖੋ ਮੈਂ 20 ਸਾਲ ਜਾਂ 22 ਸਾਲ ਦੇ ਮੁੰਡੇ ਦਾ ਰੋਲ ਨਹੀਂ ਕਰਨਾ ਚਾਹੁੰਦਾ ਹੂੰ ਮੈਂ ਆਪਦੇ 40 ਸਾਲ ਵਾਲੇ ਮੁੰਡੇ ਦੇ ਰੋਲ ਕਰਨਾ ਚਾਹੁੰਦਾ ਦੇਖੋ ਅੱਜ ਤੋਂ 10 ਸਾਲ ਪਹਿਲਾਂ ਵੋਲੀਵੁੱਡ ਦੇ ਵਿੱਚ 60 ਸਾਲ ਦੇ ਲੋਕ ਵੀ ਹੀਰੋ ਹੁੰਦੇ ਸੀ ਪਰ ਹੁਣ ਉਹ ਲੋਕਾਂ ਨੇ ਰਿਜੈਕਟ ਕਰ ਦਿੱਤੇ ਨੇ ਹੂੰ ਹੂੰ ਉੱਥੇ ਐਡਾ ਵੱਡਾ ਕੱਦ ਹੈਗਾ ਅਮਿਤਆਵਚਨ ਸਾਹਿਬ ਦਾ ਉਹ ਵੀ ਕੈਰੈਕਟਰ ਰੋਲ ਚਾਹੁੰਦੇ ਨੇ ਇੱਕ ਅੱਛਾ ਕੈਰੈਕਟਰ ਕੀਤਾ ਜਾ ਸਕਦਾ ਤੇ ਮੈਂ ਵੀ ਇੱਕ ਅੱਛੇ ਕੈਰੈਕਟਰ 'ਚ ਹੀ ਆਉਂਗਾ ਮੈਂ ਕਦੇ ਉਹ ਭਰਮ ਨਹੀਂ ਪਾ ਲਿਆ ਹਾਂ ਭਾਈ ਜੀ ਇੱਕ ਚੀਜ਼ ਤੁਹਾਨੂੰ ਜ਼ਰੂਰ ਪੁੱਛਾਂਗਾ ਔਰ ਸੁਣਨਾ ਵੀ ਚਾਹਾਂਗਾ ਕਿ ਇੱਥੇ ਜਿਹੜੇ ਯੰਗਸਟਰ ਨੇ ਤੁਹਾਡੇ ਇੱਕ ਗੀਤ ਆ ਉਹ ਤਕਰੀਬਨ پاگل ਹੋ ਜਾਂਦੇ ਨੇ ਜਾਂ ਉਹਨਾਂ ਤੋਂ ਤੁਹਾਡੀ ਜਿਹੜੀ ਪਛਾਣ ਆ ਤੇ ਉਹ ਉਹ ਹੀ ਆ ਕਿ ਜਿਹੜੀ ਕਿ ਤੁਸੀਂ ਬੋਲੀਆਂ ਦੇ ਟਾਈਪ 'ਚ ਇੱਕ ਉਹ ਜਿਹੜਾ ਉਹ ਦੇਖੋ ਉਹ ਉਹਨਾਂ ਤੋਂ ਥੋੜੀ ਜਿਹੀ ਉਹ ਗੱਲ ਕੀ ਹੈਗੀ ਹੈ ਕਿ ਇਹ ਸ਼ੀਸ਼ੀ ਵੀ ਮੈਂ ਆਪਣੇ ਲੋਕ ਨਾਚਾਂ 'ਚੋਂ ਲੈਂਦੀ ਹਾਂ ਇਹ ਮੇਰੇ ਝੂਮਰ ਦਾ ਇੱਕ ਅੰਗ ਹੈ ਮੈਂ ਪਾਕਿਸਤਾਨ 'ਚ ਗਿਆ ਉੱਥੇ ਮੈਂ ਡਾਕੂਮੈਂਟੇਸ਼ਨ ਵੀ ਕੀਤੀ ਰਿਸਰਚ ਵਰਕ ਵੀ ਕੀਤਾ ਜੀ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਨਾਲ ਲਾ ਕੇ ਲੋਕ ਨਾਚਾਂ ਦੇ ਉੱਤੇ ਉਹਦੀ ਵੀ ਡਾਕੂਮੈਂਟੇਸ਼ਨ ਕੀਤੀ ਉਹ ਚੀਜ਼ਾਂ ਮੈਂ ਸਿੱਖੀਆਂ ਤੇ ਇਹ ਮੇਰੀ ਜਿਹੜੀ ਪਰਫਾਰਮੈਂਸ ਹੈਗੀ ਹੈ ਉਹ ਮਹਿਜ਼ ਕਲੀ ਸਿੰਗਿੰਗ ਦੀ ਨਹੀਂ ਉਹਦੇ ਚ ਲੋਕ ਗੀਤ ਨੇ ਲੋਕ ਪਹਿਰਾਵਾ ਲੋਕ ਸਾਜ਼ ਨੇ ਤੇ ਲੋਕ ਨਾਚਨੇ ਤੇ ਉਹ ਮੈਂ ਸਾਰਾ ਇੱਕ ਫੁੱਲ ਪੈਕੇਜ ਜਿਹੜਾ ਹੈਗਾ ਉਹ ਬਣਾਤਾ ਹੁਣ ਮੈਨੂੰ ਐ ਕਿ ਕੈਨੇਡਾ ਵੜੇ ਗਏ ਸੀ ਭਾਜੀ ਤੁਸੀਂ ਕਦੋਂ ਐਕਸਕਲੂਸਿਵਲੀ ਫਿਰ ਗਰੁੱਪ ਆ ਰਹੇ ਹੋ ਮੈਂ ਕਿਹਾ ਨੈਕਸਟ ਈਅਰ ਸੋ ਕਾਰਨੇ ਵੀ ਜਦੋਂ ਜਾਣਾ ਹੈ ਤੇ ਪੂਰੇ ਗਰੁੱਪ ਨਾਲ ਜਾਣਾ ਨਹੀਂ ਜਾਣਾ ਨਹੀਂ ਦਾ ਕੋਈ ਨਹੀਂ ਤੇ ਫਿਰ ਇੱਕ ਦੋ ਗਾਣੇ ਗਾਉਣ ਨਾਲ ਕੰਮ ਹੀ ਹੁੰਦਾ ਤੇ ਸਾਡੀ ਜੂਥ ਨਾਲ ਹੁਣ ਸਾਂਝ ਤੋਂ ਮੈਂ ਤੁਹਾਡੇ ਇਸ ਇੰਗਲੈਂਡ ਦੇ ਸਾਰੇ ਜੂਥ ਲਈ ਉਹਨਾਂ ਦੀ ਮਨਪਸੰਦੀ ਦਾ ਗਾਣਾ ਜਿਹੜੇ ਗਾਣੇ ਨੂੰ ਉਹਨਾਂ ਨੇ ਬੇਸ਼ੁਮਾਰ ਲਾਈਕ ਕੀਤਾ ਹੈ ਤੇ بڑے ਲੋਕਾਂ ਨੇ ਉਸ ਗਾਣੇ ਦੇ ਮਿਊਜ਼ਿਕ ਨੂੰ ਤੜਕਾ ਵੀ ਲਾਇਆ ਬਿਲਕੁਲ ਹਾਂ ਜੀ ਤੇ ਉਹ ਮੈਂ ਤੁਹਾਨੂੰ ਸੁਣਾਉਣਾ ਹਾਂ ਜੱਟ ਪੰਜਾਬੀ ਦੋਸਤੋਂ ਸਨਮਾਨ ਪੰਜਾਬੀ ਹੋਣ ਦਾ ਛਿ ਛਿ ਹਾਂ ਜੱਟ ਪੰਜਾਬੀ ਦੋਸਤੋਂ ਸਨਮਾਨ ਪੰਜਾਬੀ ਹੋਣ ਦਾ ਅਸੀਂ ਢੋਲੇ ਮਾਇਏ ਨਾਮ ਦੇ ਅਸੀਂ ਢੋਲੇ ਮਾਇਏ ਨਾਮ ਦੇ ਸਾਨੂੰ ਸ਼ੌਂਕੇ ਨੱਚਣ ਗਾਉਣ ਦਾ हां जट पंजाबी दोस्तों चच क्या बात है भाई जी वाकई जो ਤੁਸੀਂ ਟ੍ਰੈਡੀਸ਼ਨ ਨੂੰ ਸੰਭਾਲਿਆ ਇਹਦੇ ਵਿੱਚ ਕੋਈ ਇਸੇ ਕਰਕੇ ਤੁਹਾਡੀ ਤਾਰੀਫ਼ ਨਹੀਂ ਮੈਂ ਕੀਤੀ ਕਿਉਂਕਿ ਤੁਹਾਨੂੰ ਜੋ ਤਪਮੀ ਬਾਈ ਆਪਣੇ ਆਪ ਚ ਇੱਕ ਸੰਸਤਾ ਆ ਜੋ ਤੁਹਾਡਾ ਨਾਂ ਹੀ ਆ ਜਾਂਦਾ ਨਾ ਤੇ ਮੇਰੇ ਖਿਆਲ ਸਾਰੀ ਦੁਨੀਆ ਇਸ ਗੱਲ ਨੂੰ ਜਾਣਦੀ ਹੈ ਕਿ ਜੋ ਤੁਸੀਂ ਆਪਣੇ ਵਿਰਸੇ ਲਈ ਕਰਤੱਲ ਲਈ ਸਾਂਭ ਕੇ ਰੱਖਿਆ ਔਰ ਲਈ ਨਹੀਂ ਛੱਡੀ ਪੱਕੇ ਤੌਰ ਤੇ ਤੁਸੀਂ ਡੋਲੇ ਨਹੀਂ ਇਸ ਚੀਜ਼ ਦੀ ਮੈਂ ਤੁਹਾਨੂੰ ਵੀ ਬਧਾਈ ਦੇਣਾ ਕਿ ਤੁਸੀਂ ਆਪਣੇ ਜਿਹੜੇ ਕੰਮ ਨੂੰ ਬਰਕਰਾਰ ਰੱਖਿਆ ਤੇ ਹੁਣ ਬਦਲਦੇ ਯੁੱਗ ਦੇ ਨਾਲ ਤੁਸੀਂ ਕੀ ਸੋਚਦੇ ਹੋ ਕਿ ਤੁਹਾਨੂੰ ਬਦਲਣਾ ਚਾਹੀਦਾ ਕਿ ਨਹੀਂ ਦੇਖੋ ਕਾਰਨ ਕੀ ਹੈਗਾ ਬਦਲਦੇ ਯੁੱਗ ਦੇ ਵਿੱਚ ਤੁਸੀਂ ਆਪਦਾ ਪੂਰਾ ਜਾਮਾ ਬਦਲ ਕੇ ਉਹ ਕਹਿੰਦੇ ਨੇ ਵੀ ਕਾਊਆ ਚੱਲਾ ਹੰਸ ਕੀ ਚਾਲ ਆਪਣੀ ਵੀ ਖੋ ਬੈਠਾ ਮੈਂ ਇੱਕ ਗੱਲ ਬੜੇ ਉਸ ਨਾਲ ਕਹਿਣਾ ਹੁੰਦਾ ਕਿ ਸੰਗੀਤ ਕਦੇ ਵੀ ਬਲਗਰ ਨਹੀਂ ਹੁੰਦਾ ਸੰਗੀਤ ਚਾਹੇ ਵੈਸਟਰਨ ਹੈ ਚاہے ਫੂਕ ਹੈ ਚاہے ਇਸਟ ਨੇ ਕੋਈ ਵੀ ਜਿਹੜਾ ਚاہے ਕਲਾਸੀਕਲ ਹੈ ਸੰਗੀਤ ਇੱਕ ਰੂਹ ਦੀ ਖਰਾਕ ਹੈ ਜਿਹਦੀ ਤੁਹਾਨੂੰ ਸਕੂਨ ਦਿੰਦੀ ਹੈ ਤੁਹਾਡੀ ਆਤਮਾ ਨੂੰ ਸਕੂਨ ਮਿਲਦਾ ਹੈ ਬਾਕੀ ਬੋਲ ਤੁਸੀਂ ਪੰਜਾਬੀ ਚ ਗਾਉਣੇ ਨੇ ਹੂੰ ਹੂੰ ਜਿਵੇਂ ਮਰਜ਼ੀ ਗਾ ਲਓ ਤੇ ਅੱਜ ਦੀ ਜੰਗ ਜਨਰੇਸ਼ਨ ਜਿਹੜੀ ਹੈਗੀ ਹੈ ਜੇ ਉਹ ਬੀਟ Song ਚਾਹੁੰਦੇ ਨੇ ਤੇ ਉਹ ਵੀਰ ਦੇ ਨਾਲ ਨਾਲ ਉਹ ਚਾਹੁੰਦੇ ਨੇ ਕਿ ਸਾਨੂੰ ਉਸ ਤਰ੍ਹਾਂ ਦਾ 베이스 ਵੀ ਮਿਲੇ ਹੂੰ ਹੂੰ ਕਿਉਂਕਿ ਜਿਹੜਾ ਡੀਜੇ ਦਾ ਯੁੱਗ ਹੈ ਨਾ ਉਹ ਡੀਜੇ ਦੇ ਯੁੱਗ ਦੇ ਵਿੱਚ ਜਿਹੜੇ ਲੋਕ ਨੱਚਣ ਵਾਲੇ ਨੇ ਜਾਂ ਪੱਪਾ ਕਲੱਬਾਂ ਦੇ ਵਿੱਚ ਜਾਂਦੇ ਨੇ ਉਹਨਾਂ ਨੂੰ ਉਸ ਤਰ੍ਹਾਂ ਦੇ ਗਾਣੇ ਅੱਛੇ ਲੱਗਦੇ ਨੇ ਅ ਮੈਨੂੰ ਪਿੱਛੇ ਜੇ ਕਿਸੇ ਕਾਲਜਾਂ ਦੇ ਵਿੱਚ ਕੁਝ ਜਾਣ ਦਾ ਮੌਕਾ ਮਿਲਿਆ ਪੰਜਾਬ 'ਚ ਤੇ ਉੱਥੇ ਕਈ ਹੱਸਣ ਲੱਗੇ ਭਾਜੀ ਥੋੜੇ ਗਾਣੇ ਕੈਸਟਾਂ ਸੁਣੀਂਦਿਆਂ ਨੇ ਗਾਣੇ ਸੁਣੀਂਦਿਆਂ ਨੇ ਬਹੁਤ ਚੰਗੇ ਲੱਗਦੇ ਨੇ ਪਰ ਤੁਸੀਂ ਸੈਡ ਨਹੀਂ ਗਾਉਂਦੇ ਮੈਂ ਉਹਨੂੰ ਹੱਸ ਲਾਂ ਕਿ ਯਾਰ ਮੇਰੇ ਮੂੰਹ ਸੈਡ ਆ ਰਹੀ ਹੈ ਐਂ ਤਾਂ ਦੰਦੇ ਸੇ ਵੀ ਨਹੀਂ ਇੱਕ ਅੱਧਾ ਜ਼ਰੂਰ ਗਾਓ ਸੋ ਐਂਕੀ ਮੈਂ ਇੱਕ ਗਾਣਾ ਹਮ ਸੈਡ Song ਕੀਤਾ ਪਰ ਟੋਟਲੀ ਅੰਟਾਇਰਲੀ ਡਿਫਰੈਂਟ 뮤직 ਦੇ ਉਤੇ ਤੇ ਉਹੀ ਗਾਣਾ ਮੈਂ ਮਤਲਬ ਕਿ ਕੈਨੇਡਾ ਸ਼ੂਟ ਕਰਕੇ ਆਇਆ ਠੀਕ ਠੀਕ ਤਾਂ ਕਿ ਲੋਕਾਂ ਨੂੰ ਲੱਗੇ ਡਿਫਰੈਂਸ ਲੱਗੇ ਬੀਜ ਪਮੀਬਾਈ ਨੇ ਸੈਡ ਸੌਂਗ ਗਾਇਆ ਸੀ ਜਰ ਬਿਲਕੁਲ ਹੀ हटਕੇ ਗਾਇਆ ਹੂੰ ਤੁਸੀਂ ਗਾ ਗਾ ਚੁੱਕੇ ਜਾਂ ਕੋਨਾ ਨਹੀਂ ਨਹੀਂ ਮੈਂ ਗਾ ਚੁੱਕੇ ਆ ਅੱਛਾ ਉਹਦਾ ਸੰਗੀਤ ਜਿਹੜਾ ਹੈਗਾ ਉਹ ਬਿਲਕੁਲ ਹੀ ਡਿਫਰੈਂਟ ਸੰਗੀਤ ਉਹ ਤੇ ਦੋ ਬੋਲ ਹੋ ਜਾਣਗੇ ਉਹ ਗਾਣੇ ਦੇ ਬੋਲ ਹੁਣ ਮੈਨੂੰ ਇੰਨਾ ਮੈਂ ਪਰ ਕਿਉਂਕਿ ਮੈਂ ਚਾਹੁੰਦਾ ਕਿ ਉਹਨੂੰ ਲੋਕ ਉਸ ਸੰਗੀਤ ਨਾਲ ਹੀ ਸੁਣਨ ਤਾਂ ਜਿਆਦਾ ਬਿਹਤਰ ਹੈਗਾ ਉਹ ਸੋਹਣਾ ਹੀ ਤਾਂ ਲੱਗਣਾ ਜੇ ਮੈਂ ਇਸ ਤਰ੍ਹਾਂ ਗਾਉਂਗਾ ਤੇ ਉਹ ਫਿਰ ਐ ਨਹੀਂ ਪਤਾ ਲੱਗਣਾ ਕਿ ਵੀ ਮੈਂ ਕੀ ਗਾਇਆ ਠੀਕ ਸੋ ਉਹਦੇ ਲਈ ਥੋੜੀ ਜਿਹੀ ਪੇਸ਼ੈਂਸ ਰੱਖ ਲੋ ਵੇਟ ਕਰ ਲਓ ਤੇ ਸਾਡੇ ਯੂਥ ਨੂੰ ਕੀ ਮੈਸੇਜ ਦੇਣਾ ਕਿਉਂਕਿ ਇਹ ਜਿਹੜਾ ਚੈਨਲ ਆ वर्ल्ड वाइड ਬੱਚੇ ਦੇਖਦੇ ਨੇ ساری ਦੁਨੀਆ ਦੇਖਦੀ ਹੈ ਹਾਂ ਤੇ ਕੀ ਮੈਸੇਜ ਤੁਹਾਡਾ ਦੇਖੋ ਥੋੜੀ ਜਿਹੀ ਸਾਬ ਗੱਲ ਇਹ ਹੈਗੀ ਹੈ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ ਇਸੇ ਗੁੱਡ ਅਪਰੋਚ ਤੁਸੀਂ ਇਕੱਲੇ ਆਰਟਿਸਟਾਂ ਦੀਆਂ ਇੰਟਰਵਿਊਜ਼ ਨਹੀਂ ਕਰ ਰਹੇ ਤੁਸੀਂ ਸੈਲੈਬ੍ਰਿਟੀਜ਼ ਦੀਆਂ ਇੰਟਰਵਿਊਜ਼ ਕਰ ਰਹੇ ਹੋ ਉਹਨਾਂ ਨੂੰ ਸਪੋਰਟਸ ਦੇ ਨਾਲ ਜੋੜ ਰਹੇ ਹੋ ਉਹਨਾਂ ਨੂੰ ਯੂਥ ਓਰੀਐਂਟਡ ਪ੍ਰੋਗਰਾਮਸ ਦੇ ਨਾਲ ਜੋੜ ਰਹੇ ਹੋ ਹਾਲੀਵੁੱਡ ਵੋਲੀਵੁੱਡ ਦੇ ਨਾਲ ਜੋੜ ਰਹੇ ਹਾਂ ਪੋਲੀਵੁੱਡ ਦੇ ਨਾਲ ਜੋੜ ਰਹੇ ਹਾਂ ਇਸੇ ਗੁੱਡ ਅਚੀਵਮੈਂਟਸ ਇਹ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਇੱਕ ਨੈਟ ਦੇ ਉੱਤੇ ਜਿਹਨੂੰ ਕੋ 24 ਆਵਰਸ ਬੰਦਾ ਆਪਣੇ ਮੋਬਾਈਲ ਤੇ ਵੀ ਵਾਚ ਕਰ ਸਕਦਾ ਹੈ ਆਪਣੇ ਘਰੇ ਬੈ ਕੇ ਵੀ ਦੇਖ ਸਕਦਾ ਹੈ ਆਪਣੇ ਲੈਪਟਾਪ ਤੇ ਵੀ ਦੇਖ ਸਕਦਾ ਸੋ ਇਸ ਕਰਕੇ ਜਿਹੜਾ ਹੈਗਾ ਇਸ ਇ ਵੈਰੀ ਗੁੱਡ ਪ੍ਰੋਗਰਾਮ ਆਈ ਐਪਰੀਸ਼ੀਏਟ ਜੋ ਤੁਸੀਂ ਕੀਤਾ ਹੁਣ ਤੱਕ ਤੇ ਆਈ ਹੋਪ ਕਿ ਤੁਸੀਂ ਇਹਨੂੰ ਕੰਟੀਨਿਊ ਰੱਖੋਗੇ ਤੇ ਜਿਹੜਾ ਸਾਡਾ ਅੱਜ ਦਾ ਯੂਥ ਹੈਗਾ ਉਹ ਡਿਫੀਨਿਟਲੀ ਦੇ ਲਰਨ ਲੋਟ ਤੇ ਜਾਣ ਲੱਗਿਆਂ ਦੋ ਬਲੋਰ ਜਰੂਰ ਹੋ ਜਾਣ ਜੀ ਰੰਗਲੀ ਦੁਨੀਆ ਹਾਂ ਕਦੀ ਨਹੀਂ ਫਲ ਸਕਦੇ ਜੀ ਨਹੀਂ ਜਾਣ ਨੂੰ ਕਰਦਾ ਮੋਰੀ ਦੁਨੀਆ ਤੋਂ ਪਰ ਜਾਏ ਬਿਨਾਂ ਨਹੀਂ ਸਰ ਰੰਗਲੀ ਦੁਨੀਆ ਤੋਂ ਸਾਰੇ ਹੀ ਜਹਾਨ ਦਾ ਜਿਹੜਾ ਸੁਰਗ ਬਣਾਇਆ ਪੀਰਾਂ ਤੇ ਫਕੀਰਾਂ ਲੋਕਾਂ ਰਾਂਜਿਆਂ ਦਾ ਜਾਇਆ ਇਹਨੂੰ ਤੱਕ ਤੱਕ ਦਿਲ ਨਹੀਂ ਹੋ ਪਰਦਾ ਹੋ ਰੰਗਲੀ ਦੁਨੀਆ ਤੋਂ ਜੀ ਨਹੀਂ ਜਾਣ ਨੂੰ ਕਰਦਾ ਹੋ ਰੰਗਲੀ ਦੁਨੀਆ ਤੋਂ ਜੀ ਨਹੀਂ ਜਾਣ ਨੂੰ ਕਰਦਾ ਹੋ ਰੰਗਲੀ ਦੁਨੀਆ ਤੋਂ ਪਰ ਜਾਏ ਬਿਣਾ ਨਹੀਂ ਸਰਦਾ ਰੰਗਲੀ ਦੁਨੀਆ ਤੋਂ ਭਾਈ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਤੁਸੀਂ ਸਾਡੇ ਚੈਨਲ ਤੇ ਆਇਆ ਸਾਡਾ ਮਾਣ ਵਧਾਇਆ ਤੇ ਮਿਹਰਬਾਨੀ ਸ਼ੁਕਰੀਆ ਜੀ ਐਸੋ ਥੈਂਕ ਯੂ ਵੈਰੀ ਮਚ ਮੈਂ ਤੁਹਾਡਾ ਬਰ ਰਹੀ ਹਾਂ ਥੈਂਕ ਦੋਸਤੋ ਇਹ ਸੰ ਪੰਮੀ ਬਾਈ ਵੇ ਬਾਕੀ ਜੀ ਨਹੀਂ ਜਾਣ ਨੂੰ ਕਰਦਾ ਜਿਸ ਤਰ੍ਹਾਂ ਹੁਣ ਪੰਮੀ ਬਾਈ ਜੀ ਆਏ ਨੇ ਜੀ ਸਾਡਾ ਵੀ ਨਹੀਂ ਕਰਦਾ ਪਰ ਇਹਨਾਂ ਨੇ ਦੱਸ ਵੀ ਦਿੱਤਾ ਕਿ ਜਾਏ ਬਿਨਾ ਨਹੀਂ ਸਰਦਾ ਤੇ ਹੁਣ ਸਾਨੂੰ ਵੀ ਜਾਣਾ ਪੈਣਾ ਤੇ ਅਗਲੀ ਐਪੀਸੋਡ ਤੱਕ ਤੇ ਦਿਓ ਸੁਖਵੀਰ ਸੋਢੀ ਨੂੰ ਇਜਾਜ਼ਤ ਤੇ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ ਏਸੀ ਟੀਵੀ ਤੇ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ